ਪ੍ਰਧਾਨ ਜੀ, ਦੁਬਾਰਾ ਕਾਂਗਰਸ ਵਿੱਚ ਸਰਗਰਮ ਹੋਏ ਹੋ, ਕੀ ਕਹੋਗੇ? ਮੈਂ ਸੁਰਿੰਦਰ ਕੁੰਦਰਾ, ਸੰਨ 1977 ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ। ਜਦੋਂ 1977 ਦੇ ਵਿੱਚ ਸ਼ਾਮ ਸਿੰਘ ਸੰਧੂ ਨੇ ਇਲੈਕਸ਼ਨ ਲੜਿਆ, ਮੈਂ ਉਹਦਾ ਇਲੈਕਸ਼ਨ ਦਾ ਇੰਚਾਰਜ ਸੀ। ਉਸ ਤੋਂ ਬਾਅਦ ਮੈਂ ਸਰਗਰਮ ਰਿਹਾ 79 ਦੇ ਵਿੱਚ, ਇੱਥੇ 78 ਦੇ ਵਿੱਚ ਨਗਰ ਪੰਚਾਇਤ ਤੋਂ ਨਗਰ ਕੌਂਸਲ ਬਣੀ, ਨੋਟੀਫਾਈਡ ਏਰੀਆ ਕਮੇਟੀ ਬਣੀ, ਜਿਹਦੇ ਕਿ ਰਕੇਸ਼ ਸਿੰਘ SDM ਸੀ ਜਿਹੜੇ ਇੰਚਾਰਜ ਸੀ। ਔਰ 79 ਦੇ ਵਿੱਚ ਦਾਸ ਨੂੰ ਇਸ ਕਮੇਟੀ ਦਾ ਮੈਂਬਰ, ਨੋਟੀਫਾਈਡ ਏਰੀਆ ਕਮੇਟੀ ਦਾ ਬਣਾਇਆ ਗਿਆ 79 ਦੇ ਵਿੱਚ। ਔਰ ਉਹਦੀਆਂ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਜਦੋਂ 1983 ਦੇ ਵਿੱਚ ਕਾਮਰੇਡ ਦਿਆ ਸਿੰਘ ਨੇ ਕਾਮਰੇਡ ਤੋਂ ਕਾਂਗਰਸ ਜੁਆਇਨ ਕੀਤੀ, ਤਾਂ ਉਹਨਾਂ ਨੂੰ ਮੇਰੀ ਐਡੀ ਜ਼ਿਆਦਾ ਉਹਨਾਂ ਨਾਲ ਜ਼ਿਆਦਾ ਵਾਕਫੀਤ ਨਹੀਂ ਸੀ, ਲੇਕਿਨ ਉਹਨਾਂ ਨੇ ਸ਼ਹਿਰ ਦੇ ਵਿੱਚੋਂ ਪਤਾ ਕਰਕੇ ਵੀ ਕਿਸ ਬੰਦੇ ਨੂੰ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਜਾਵੇ, ਤਾਂ ਉਹਨਾਂ ਨੇ ਮੇਰੇ ਨਾਂ ਦੀ ਪ੍ਰਪੋਜ਼ਲ ਕਰਕੇ ਸਰਕਾਰ ਤੋਂ ਰਿਕਮੈਂਡ ਕਰਾ ਕੇ ਚਿੱਠੀ ਭੇਜ ਦਿੱਤੀ। ਜਦੋਂ ਚਿੱਠੀ ਆਈ ਤਾਂ ਮੇਰੇ ਫਾਦਰ ਦੁਕਾਨ ਕਰਦੇ ਸੀ ਕਰਿਆਨੇ ਦੀ, ਅਤੇ ਡਾਕੀਆ ਉਹਨਾਂ ਨੂੰ ਡਾਕ ਦੇ ਕੇ ਗਿਆ। ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਇਨਕਮ ਟੈਕਸ ਦੀ ਚਿੱਠੀ ਹੋਣੀ ਆ, ਉਸ ਉਹਨਾਂ ਨੇ ਭਾਰਤ ਸਰਕਾਰ ਉੱਥੇ ਲਿਖਿਆ ਸੀ ਸਰਕਾਰੀ, ਅਤੇ ਉਹਨਾਂ ਨੇ ਚੱਕ ਕੇ ਆਪਣੇ ਗੱਲੇ ਦੇ ਵਿੱਚ ਰੱਖ ਲਏ, ਲੇਕਿਨ ਉਹ ਮੈਨੂੰ ਨਹੀਂ ਉਹਨਾਂ ਨੇ ਦੱਸਿਆ। ਉਸ ਤੋਂ ਬਾਅਦ ਜਦੋਂ ਮਿਊਂਸਪਲ ਕਮੇਟੀ ਦੇ ਵਿੱਚ ਨੋਟੀਫਾਈਡ ਏਰੀਆ ਕਮੇਟੀ ਦੇ ਵਿਜੇ ਬੇਰੀ EO ਸੀ, ਉਹਨਾਂ ਕੋਲ ਵੀ ਚਿੱਠੀ ਆਈ, ਤਾਂ ਉਹਨਾਂ ਨੇ ਮੇਰੇ ਫਾਦਰ ਨੂੰ ਆ ਕੇ ਵਧਾਈਆਂ ਦਿੱਤੀਆਂ। ਅਤੇ ਉਦੋਂ ਫਿਰ ਮੇਰੇ ਫਾਦਰ ਨੇ ਕਿਹਾ ਵੀ ਆ ਚਿੱਠੀ ਇੱਕ ਸਾਨੂੰ ਵੀ ਆਈ ਪਈ ਆ, ਤਾਂ ਉਹ ਚਿੱਠੀ ਜਦੋਂ ਖੋਲ੍ਹੀ ਉਹ ਸੇਮ ਚਿੱਠੀ ਸੀ, ਤਾਂ ਉਹਨਾਂ ਨੂੰ ਵਧਾਈਆਂ ਦਿੱਤੀਆਂ। ਉਸ ਤੋਂ ਸਾਰੇ ਸ਼ਹਿਰ ਦੇ ਵਿੱਚ ਉਸ ਤੋਂ ਸਾਰਾ ਪਤਾ ਲੱਗ ਗਿਆ ਕਿ ਸ਼ਹਿਰ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਆ। BD ਅਗਰਵਾਲ ਉਸ ਵੇਲੇ SDM ਸੀ, ਉਹਨਾਂ ਨੇ ਜਿੱਥੇ ਪੁਰਾਣੀ ਮਾਰਕੀਟ ਕਮੇਟੀ ਹੁੰਦੀ ਸੀ ਉੱਥੇ ਸਾਡਾ ਦਫ਼ਤਰ ਹੁੰਦਾ ਸੀ, ਉੱਥੇ ਮੈਨੂੰ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਨੇ ਸਹੁੰ ਚੁਕਾਈ। ਔਰ 1985 ਤੱਕ ਮੈਂ ਸ਼ਹਿਰ ਦੀ ਸੇਵਾ ਕੀਤੀ, ਲੇਕਿਨ ਉਸ ਵੇਲੇ ਹਾਲਾਤ ਬਹੁਤ ਮਾੜੇ ਸੀ, ਟੈਰਰਿਜ਼ਮ ਦਾ ਟਾਈਮ ਸੀ, ਪਰ ਮੈਂ ਆਪਣੇ ਟਾਈਮ ਦੇ ਵਿੱਚ ਲੜਕੀਆਂ ਦਾ ਕਾਲਜ, ਮੈਨੂੰ ਸਾਰੇ ਸ਼ਹਿਰ ਏਰੀਏ ਨੇ ਕਿਹਾ ਕਿ ਤੁਸੀਂ ਮੋਹਰੇ ਲੱਗੋ, ਇੱਥੇ ਲੜਕੀਆਂ ਦੀ ਪੁਜੀਸ਼ਨ ਦੇ ਲਈ ਕਾਲਜ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਸੀਂ 1985 'ਚ ਮੈਨੂੰ ਪ੍ਰਧਾਨ ਥਾਪਿਆ ਗਿਆ ਇਲਾਕੇ ਨੇ ਸੱਦ ਕੇ, ਔਰ 5 ਮੈਂਬਰੀ ਸਾਡੀ ਕਮੇਟੀ ਬਣਾਈ ਗਈ, ਜਿਹਦੇ ਤਹਿਤ ਅਸੀਂ 1985 ਦੇ ਵਿੱਚ, ਜੁਲਾਈ 1985 ਦੇ ਵਿੱਚ ਕਾਲਜ ਦੀ ਸ਼ੁਰੂਆਤ ਕੀਤੀ। ਔਰ ਮੈਂ ਆਪਣੀ ਟਰਮ ਦੇ ਵਿੱਚ ਬੱਸ ਸਟੈਂਡ ਮਾਛੀਵਾੜੇ 'ਚ ਨਹੀਂ ਸੀ ਕੋਈ ਵੀ ਚੱਜ ਦਾ, ਜਿੱਥੇ ਸੀਗਾ ਉੱਥੇ ਬਹੁਤ ਭੀੜ ਸੀ, ਅਤੇ ਖੁੱਲ੍ਹੀ ਜਗ੍ਹਾ ਬੱਸ ਸਟੈਂਡ ਦੀ ਜ਼ਰੂਰਤ ਸੀ। ਸੋ ਮੈਂ ਆਪਣੀ ਸੋਚ ਦੇ ਨਾਲ, ਆਪਣੇ ਸਾਰੇ ਸਾਥੀਆਂ ਦੀ ਸੋਚ ਦੇ ਨਾਲ, ਕਿ ਗੁਰਦੁਆਰਾ ਸਾਹਿਬ 'ਤੇ ਇੱਧਰ ਸਾਰੇ ਦਫ਼ਤਰ ਸੀਗੇ, BDO ਦਫ਼ਤਰ ਵੀ, ਥਾਣਾ ਵੀ, ਸਾਰੇ ਦਫ਼ਤਰ ਇੱਧਰ ਸੀ, ਅਤੇ ਉੱਧਰ ਕੋਈ ਦਫ਼ਤਰ ਨਹੀਂ ਸੀ, ਅਤੇ ਮੈਂ ਆਪਣੀ ਸੋਚ ਨੇ ਉੱਧਰ ਗੁਰਦੁਆਰਾ ਜਾਣ ਲਈ ਵੀ ਯਾਤਰੀਆਂ ਦੇ ਲਈ ਬਹੁਤ ਦੂਰ ਪੈਂਦਾ ਸੀ। ਸੋ ਮੈਂ ਆਪਣੀ ਸੋਚ, ਉੱਥੋਂ ਟਿੱਬੇ ਸੀ ਬਹੁਤ ਵੱਡੇ ਵੱਡੇ, ਉਹ ਟਿੱਬਿਆਂ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ, ਕਮੇਟੀ 'ਚੋਂ ਕੋਈ ਪੈਸਾ ਨਹੀਂ ਖਰਚਿਆ, ਲੋਕਾਂ ਦੇ ਸਹਿਯੋਗ ਨਾਲ ਟਰੈਕਟਰ ਲੈ ਕੇ, ਡੀਜ਼ਲ ਵੀ ਲੋਕਾਂ ਤੋਂ ਲਿਆ, ਲੈ ਕੇ ਉਹਨੂੰ ਪੱਧਰਾ ਕਰਕੇ ਉੱਥੇ ਬੱਸ ਸਟੈਂਡ ਬਣਾਇਆ। ਮੈਂ ਆਪਣੀ ਟਰਮ ਦੇ ਵਿੱਚ ਕੰਪਲੀਟ ਕਰਤਾ ਸੀ, ਲੇਕਿਨ 1985 ਦੇ ਵਿੱਚ ਬਰਨਾਲੇ ਦੀ ਗੌਰਮੈਂਟ ਆ ਗਈ,
ਉਹਨਾਂ ਨੇ ਕਮੇਟੀਆਂ ਤੋੜ ਦਿੱਤੀਆਂ। ਸਰਦਾਰ ਮਨਦੀਪ ਸਿੰਘ ਉਸ ਵੇਲੇ SDM ਹੁੰਦੇ ਸੀ, ਉਹਨਾਂ ਨੂੰ ਕਮੇਟੀ ਦਾ ਚਾਰਜ ਦੇ ਦਿੱਤਾ ਗਿਆ। ਉਸ ਤੋਂ ਬਾਅਦ ਲਗਾਤਾਰ ਮੈਂ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਔਰ 1983 ਦੇ ਵਿੱਚ ਮੈਨੂੰ ਨੋਟੀਫਾਈਡ ਏਰੀਆ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕਾਮਰੇਡ ਦਇਆ ਸਿੰਘ ਨੇ ਜਦੋਂ ਸ਼ਹਿਰ 'ਚੋਂ ਸਾਰੇ ਪੁੱਛਿਆ, ਉਹਨਾਂ ਨੇ ਆਪਣੀ ਸੋਚ ਦੇ ਨਾਲ ਮੈਨੂੰ ਆਪ ਪ੍ਰਧਾਨ ਬਣਾਇਆ, ਨਾ ਕਿ ਮੈਂ ਉਹਨਾਂ ਨੂੰ ਕੋਈ ਅਪਰੋਚ ਕੀਤੀ। ਔਰ 3 ਸਾਲ ਮੈਂ ਸ਼ਹਿਰ ਦੀ, ਚਾਹੇ ਹਾਲਾਤ ਚੰਗੇ ਸੀ ਚਾਹੇ ਮਾੜੇ ਸੀ, ਮੈਂ 2 ਉਪਲਬਧੀਆਂ ਇਹ ਕੀਤੀਆਂ, ਬਾਕੀ ਸ਼ਹਿਰ ਦੀ ਜੋ ਡਿਵੈਲਪਮੈਂਟ ਸੀ, ਕਿਉਂਕਿ ਹਾਲਾਤ ਬਹੁਤ ਮਾੜੇ ਸੀ ਅਤੇ ਉਸ ਤੋਂ ਬਾਅਦ ਗਵਰਨਰੀ ਰਾਜ ਵੀ ਲੱਗ ਚੁੱਕਿਆ ਸੀ ਅਤੇ ਮੈਂ ਜਿੰਨੀ ਸੇਵਾ 85 'ਚ ਫਿਰ ਬਰਨਾਲਾ ਦੀ ਗੌਰਮੈਂਟ ਆ ਗਈ, ਉਹਨਾਂ ਨੇ ਸਾਡੀਆਂ ਕਮੇਟੀਆਂ ਤੋੜ ਦਿੱਤੀਆਂ ਅਤੇ SDM ਨੂੰ ਉੱਥੇ ਇੰਚਾਰਜ ਲਾਤਾ। 10 ਸਾਲ ਉੱਥੇ ਕੋਈ ਇੰਚਾਰਜ, ਮਤਲਬ ਆ ਵੀ ਕੋਈ ਇਲੈਕਸ਼ਨ ਨਹੀਂ ਹੋਇਆ। 1994 ਦੇ ਇਲੈਕਸ਼ਨ ਹੋਣ ਤੋਂ ਬਾਅਦ ਸਾਡੀ ਪਾਰਟੀ ਬਹੁਮਤ ਨਾਲ ਜਿੱਤੀ ਔਰ ਮੈਨੂੰ ਐਜ਼ ਏ ਪ੍ਰਧਾਨ ਵਿਪ ਜਾਰੀ ਕਰ ਦਿੱਤਾ ਗਿਆ ਸਰਕਾਰ ਕੰਨੀ ਤੋਂ। ਅਤੇ ਅਸੀਂ ਜਦੋਂ ਇਲੈਕਸ਼ਨ ਹੋਣਾ ਸੀ, ਉਸ ਰਾਤ ਨੂੰ ਸਿਆਸੀ ਦਬਾਅ ਕਰਕੇ ਸਾਡੇ ਜਿਹੜੀ ਮੇਰੀ ਪ੍ਰਧਾਨਗੀ ਵਾਲੀ ਚਿੱਠੀ ਸੀ ਉਹਨੂੰ ਬਦਲ ਕੇ ਨਵਾਂ ਅਬਜ਼ਰਵਰ ਦੁੱਲੋ ਸਾਹਿਬ ਦੀ ਜਗ੍ਹਾ 'ਤੇ ਰਾਜਕੁਮਾਰ ਖੁਰਾਣਾ ਰਾਜਪੁਰੇ ਤੋਂ ਔਰ ਚੌਧਰੀ ਗੁਰਮੇਲ ਸਿੰਘ ਮਾਲਪੁਰ ਤੋਂ ਉਹਨਾਂ ਨੂੰ ਅਬਜ਼ਰਵਰ ਲਾ ਦਿੱਤਾ ਗਿਆ। ਔਰ ਸਵੇਰ ਨੂੰ ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਸਰਕਾਰ ਦਾ ਹੁਕਮ ਹੈ ਕਿ ਸੂਦ ਸਾਹਿਬ ਨੂੰ ਪ੍ਰਧਾਨ ਬਣਾਉਣਾ, ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ। ਅਤੇ ਸਾ ਈਸ਼ਰ ਸਿੰਘ ਦੀ ਉਹਨਾਂ ਨੇ ਕੋਈ ਰਾਏ ਨਹੀਂ ਲਈ, ਈਸ਼ਰ ਸਿੰਘ ਬੜੇ ਖੜ੍ਹੇ ਰਹੇ ਐਜ਼ ਏ MLA। ਉਹਨਾਂ ਨੂੰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਆ ਕੇ ਆਪਣਾ ਹੁਕਮ ਸੁਣਾ ਦਿੱਤਾ। ਮੈਨੂੰ ਸਾਰੇ ਕਹਿਣ ਲੱਗੇ ਕਿ ਤੂੰ ਪਾਰਟੀ ਰਿਜ਼ਾਈਨ ਕਰ ਦੇ। ਮੈਂ ਕਿਹਾ ਨਹੀਂ, ਪਾਰਟੀ ਮੈਂ ਰਿਜ਼ਾਈਨ ਨਹੀਂ ਕਰਨੀ, ਮੇਰੇ ਕਣ ਕਣ ਦੇ ਵਿੱਚ ਕਾਂਗਰਸ ਹੈ। ਔਰ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਸੂਦ ਸਾਹਿਬ ਦਾ ਨਾਂ ਪ੍ਰਪੋਜ਼ ਕਰਨਾ ਅੰਦਰ ਜਾ ਕੇ, ਔਰ ਮੈਂ ਅੰਦਰ ਜਾ ਕੇ ਨਾਂ ਪ੍ਰਪੋਜ਼ ਕੀਤਾ ਔਰ ਮੈਨੂੰ ਵਾਈਸ ਪ੍ਰਧਾਨ ਬਣਾ ਦਿੱਤਾ ਗਿਆ, ਸੂਦ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਔਰ 5 ਸਾਲ ਸਾਡੀ ਬਹੁਤ, ਅਸੀਂ ਕੋਆਪਰੇਸ਼ਨ ਦੇ ਨਾਲ ਹੀ ਸ਼ਹਿਰ ਦੀ ਜਿੰਨੀ ਡਿਵੈਲਪਮੈਂਟ ਸੀ ਉਹ ਕੀਤੀ। ਔਰ ਅੱਗੇ ਵੀ ਫਿਰ ਅਗਲੇ ਇਲੈਕਸ਼ਨ ਵੀ ਮੈਂ ਲੜਦਾ ਰਿਹਾ, ਸਿਆਸਤ ਦੇ ਵਿੱਚ ਮੈਂ ਸਰਗਰਮ ਰਿਹਾ, ਜਿਹੜਾ ਵੀ ਕੋਈ ਇੰਚਾਰਜ ਆਇਆ। ਉਸ ਤੋਂ 2012 ਦੇ ਵਿੱਚ ਜਦੋਂ ਰੀਸ਼ਫਲਿੰਗ ਹੋਈ ਸੀਟਸ ਦੀ, ਉਹਦੇ ਵਿੱਚ ਸਾਡੀ ਜਿਹੜੀ ਮਾਛੀਵਾੜਾ ਆ ਉਹ ਸਮਰਾਲਾ ਕੰਸਟੀਚੁਐਂਸੀ ਜਨਰਲ ਦੇ ਵਿੱਚ ਆ ਗਿਆ ਅਤੇ ਉਦੋਂ ਅਸੀਂ ਸਾਹ ਅਮਰੀਕ ਸਿੰਘ ਨੂੰ ਸਾਡਾ ਪਾਰਟੀ ਕੰਨੀ ਤੋਂ ਇੰਚਾਰਜ ਬਣਾ ਦਿੱਤਾ ਗਿਆ। ਔਰ ਸਾਹ ਅਮਰੀਕ ਸਿੰਘ ਦੀ ਰਹਿਨੁਮਾਈ 'ਚ ਉਹ MLA ਬਣੇ ਔਰ ਉਹਨਾਂ ਦੀ ਰਹਿਨੁਮਾਈ 'ਚ ਅਸੀਂ ਕੰਮ ਕਰਦੇ ਰਹੇ। ਔਰ ਮੈਨੂੰ 26 ਸਾਲ 1994 ਤੋਂ ਲੈ ਕੇ 2023 ਤੱਕ ਮੈਂ ਬਲਾਕ ਦਾ ਪ੍ਰੈਜ਼ੀਡੈਂਟ ਰਿਹਾ। ਉਸ ਤੋਂ ਬਾਅਦ ਮੈਨੂੰ ਵਰਕਿੰਗ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਖੰਨਾ ਨਿਯੁਕਤ ਕੀਤਾ ਗਿਆ। ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਇਲੈਕਸ਼ਨ ਆ ਗਏ ਤਾਂ ਸਾਹ ਅਮਰੀਕ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਔਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਇੱਥੇ ਕਾਂਗਰਸ ਦੀ ਟਿਕਟ ਦੇ ਦਿੱਤੀ ਗਈ। ਲੇਕਿਨ ਮੈਂ ਸਾਹ ਅਮਰੀਕ ਸਿੰਘ ਦੇ ਨਾਲ, ਉਹਨਾਂ ਨੇ ਗੁੱਸੇ ਦੇ ਵਜੋਂ ਇਲੈਕਸ਼ਨ ਲੜਿਆ ਔਰ ਮੈਂ ਉਹਨਾਂ ਦੇ ਨਾਲ ਖੜਿਆ ਰਿਹਾ। ਔਰ ਮੈਂ 2.5 ਸਾਲ ਮੈਂ ਪਾਰਟੀ 'ਚ ਰਿਹਾ। ਸਾਹ ਅਮਰੀਕ ਸਿੰਘ ਢਿੱਲੋਂ BJP 'ਚ ਚਲੇ ਗਏ, ਲੇਕਿਨ ਮੈਂ ਉਹਨਾਂ ਦੇ ਕਦੇ ਜਾ ਕੇ ਨਹੀਂ ਗਿਆ, ਆਪਣੀ ਪਾਰਟੀ 'ਚ ਰਿਹਾ। ਔਰ ਜਦੋਂ ਉਹ ਦੁਬਾਰਾ ਕਾਂਗਰਸ ਜੁਆਇਨ ਉਹਨਾਂ ਨੇ ਕੀਤੀ ਤਾਂ ਮੈਂ ਉਹਨਾਂ ਨੂੰ ਵਧਾਈਆਂ ਦੇਣ ਗਿਆ। ਮੈਂ ਕਾਂਗਰਸ ਦਾ ਸਿਪਾਹੀ ਹਾਂ, ਮੈਂ ਰੱਜ ਕੇ ਮਤਲਬ ਆ ਵੀ ਕਾਂਗਰਸ ਲਈ ਕੰਮ ਕੀਤਾ। ਔਰ ਫਿਰ ਹੁਣ ਉਸ ਤੋਂ ਬਾਅਦ ਰਾਜਾ ਗਿੱਲ ਸਾਹਿਬ ਦੇ ਨਾਲ ਮੇਰੀ ਮੀਟਿੰਗ ਹੋਈ, ਵਿੱਚ ਬੰਦਿਆਂ ਨੇ ਪੈ ਕੇ
ਮੈਨੂੰ ਕਹਿੰਦੇ ਵੀ ਤੂੰ ਐਡਾ ਸੀਨੀਅਰ ਹੈਗਾ, ਤੂੰ ਘਰ ਕਿਉਂ ਬੈਠਾ? ਮੈਂ ਕਿਹਾ ਮੈਂ ਘਰ ਬੈਠਾ ਠੀਕ ਆ, ਲੇਕਿਨ ਮੈਂ ਹੈ ਕਾਂਗਰਸੀ। ਮੈਨੂੰ ਜਿੰਨੀਆਂ ਸੇਵਾਵਾਂ ਰਾਜਾ ਸਾਹਿਬ, ਜਦੋਂ ਸਾਡੀ ਮੀਟਿੰਗ ਹੋਈ, ਰਾਜਾ ਸਾਹਿਬ ਨੇ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਕਹਿੰਦੇ ਵੀ ਤਾਂ ਉਸ ਵੇਲੇ ਤੁਹਾਡੀ ਮਜਬੂਰੀ ਸੀ, ਮੈਨੂੰ ਸਾਰਾ ਅਹਿਸਾਸ ਆ, ਤੁਸੀਂ ਕੱਟੜ ਕਾਂਗਰਸੀ ਹੋ, ਮੈਨੂੰ ਤੁਹਾਡੇ 'ਤੇ ਕੋਈ ਗਿਲਾ ਨਹੀਂ, ਤੁਸੀਂ ਰੱਜ ਕੇ ਕੰਮ ਕਰੋ, ਮੈਂ ਅੱਜ ਤੋਂ ਬਾਅਦ ਹਰ ਕੰਮ ਦੇ ਵਿੱਚ ਤੁਹਾਨੂੰ ਮੋਹਰੀ ਰੱਖਾਂਗਾ। ਔਰ ਮੈਨੂੰ ਪੂਰਨ ਵਿਸ਼ਵਾਸ ਦਵਾਇਆ ਔਰ ਮੈਂ ਤਨਦੇਹੀ ਦੇ ਨਾਲ ਕਾਂਗਰਸ ਦਾ ਕੰਮ ਕਰਦਾ ਆ ਰਿਹਾ ਔਰ ਕਰਦਾ ਰਹਾਂਗਾ ਜਿੰਨਾ ਚਿਰ ਮੇਰੇ ਵਿੱਚ ਸਵਾਸ ਆ। ਮੈਂ ਕਾਂਗਰਸ ਪਾਰਟੀ ਤੋਂ ਕਦੇ ਬਾਹਰ ਨਹੀਂ ਜਾ ਸਕਦਾ। ਕਾਂਗਰਸ ਪਾਰਟੀ ਮੇਰੇ ਰਗ ਰਗ ਦੇ ਵਿੱਚ, ਸਾਡੇ ਪਰਿਵਾਰ ਦੇ, ਮੇਰੇ ਪਰਿਵਾਰ ਦੇ ਵਿੱਚ ਰਗ ਰਗ ਦੇ ਵਿੱਚ ਵਸੀ ਹੋਈ ਆ। ਅਸੀਂ ਕਾਂਗਰਸ ਪਾਰਟੀ ਦੇ ਨਾਲ, ਜੋ ਵੀ ਸਾਡਾ ਮੌਕੇ ਦਾ ਇੰਚਾਰਜ ਆ ਰਾਜਾ ਰੁਪਿੰਦਰ ਸਿੰਘ ਗਿੱਲ, ਉਹਦੇ ਨਾਲ ਖੜ੍ਹਾ। ਕਈ ਆਗੂ ਪਾਰਟੀ ਛੱਡ ਕੇ ਵੀ ਗਏ ਆ, ਕਿ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਤੁਸੀਂ ਰੋਲ ਅਦਾ ਕਰੋਗੇ? ਬਿਲਕੁਲ ਕਰੂੰਗਾ। ਜਿਹੜੇ ਬੰਦੇ ਘਰ ਬੈਠ ਗਏ ਜਾਂ ਜਿਨ੍ਹਾਂ ਨੂੰ ਰਾਜਾ ਗਿੱਲ ਸਾਡੀ ਕੰਸਟੀਚੁਐਂਸੀ ਦੇ ਨਵੇਂ ਇੰਚਾਰਜ ਸੀਗੇ, ਕਈਆਂ ਬਾਰੇ ਕੁਛ ਕਈਆਂ ਨੇ ਗਲਤ ਫਹਿਮੀਆਂ ਪਾ ਕੇ ਆਪਣੀ ਲੀਡਰੀ ਚਮਕਾਉਣ ਦੀ ਖਾਤਰ ਉਹਨਾਂ ਲੋਕਾਂ ਨੂੰ ਇਗਨੋਰ ਕੀਤਾ ਗਿਆ। ਮੈਂ ਗਿੱਲ ਸਾਹਿਬ ਦੇ ਨਾਲ ਡਿਸਕਸ ਕਰਕੇ ਉਹਨਾਂ ਸਾਰਿਆਂ ਨੂੰ ਮੁੜ ਪਾਰਟੀ ਦੇ ਵਿੱਚ ਮੁੜ ਕੇ ਸਰਗਰਮ ਕਰੂੰਗਾ। ਕੀ ਇਸ ਵਾਰ ਤੁਸੀਂ ਪ੍ਰਧਾਨਗੀ ਦੇ ਦਾਅਵੇਦਾਰ ਹੋਵੋਗੇ ਜੀ ਦੁਬਾਰਾ? ਮੈਂ ਪ੍ਰਧਾਨਗੀ ਤਾਂ ਪਤਾ ਨਹੀਂ, ਇਹ ਰਾਜਾ ਗਿੱਲ ਸਾਹਿਬ ਜਾਂ ਸਰਕਾਰ ਪਤਾ ਨਹੀਂ ਕਿਸ ਤਰੀਕੇ ਨਾਲ ਕਰਦੀ ਆ, ਲੇਕਿਨ ਮੈਂ ਸ਼ਹਿਰ ਦੇ ਨਾਲ ਖੜ੍ਹਾ ਰਿਹਾ ਔਰ ਮੇਰੀਆਂ ਡਿਵੈਲਪਮੈਂਟਾਂ 5 ਸਾਲ ਦੇ ਵਿੱਚ ਦੇਖ ਲਓ। ਜਿਹੜਾ ਮੈਨੂੰ 5 ਸਾਲ ਦਾ ਮੌਕਾ ਮਿਲਿਆ, ਮੈਂ ਰੱਜ ਕੇ ਸ਼ਹਿਰ ਦੀ ਸੇਵਾ ਕੀਤੀ ਔਰ ਮੇਰੇ ਕੰਮ ਬਹੁਤ ਹੋਣ ਵਾਲੇ ਨੇ, ਜਿਹਦੇ ਵਿੱਚ ਸਪੈਸ਼ਲੀ ਮੈਂ ਮਾਰਕੀਟ ਇੱਕ ਕਮੇਟੀ ਡੰਗਰਾਂ ਦੇ ਹਸਪਤਾਲ ਦੇ ਵਿੱਚ ਬਣਾਈ ਸੀ ਔਰ ਉਹਦਾ ਨਕਸ਼ਾ ਪਾਸ ਹੋ ਗਿਆ, ਉਹਦਾ ਟੈਂਡਰ ਵੀ ਲੱਗ ਗਿਆ ਸੀ। ਇੱਕ ਜਿਹੜਾ ਸਾਡਾ ਕਮਿਊਨਿਟੀ ਸੈਂਟਰ ਹੈ ਉਹ ਬਹੁਤ ਪੁਰਾਣਾ ਹੋ ਗਿਆ ਸੀ, ਸਾਡੇ ਵੇਲੇ ਦਾ ਹੀ, ਪਹਿਲਾਂ ਨੂੰ ਅਸੀਂ 1995 'ਚ ਬਣਾਇਆ ਸੀ, ਲੇਕਿਨ ਅੱਜ ਉਹਦੀ ਹਸਤਾ ਹਾਲਤ ਨੂੰ ਦੇਖਦੇ ਹੋਏ ਅਸੀਂ ਉਹਨੂੰ ਰੈਨੋਵੇਟ ਕਰਕੇ ਮੈਂ 62 ਲੱਖ ਰੁਪਈਆ ਮਨਜ਼ੂਰ ਆਪਣੀ ਕਮੇਟੀ ਦੇ ਕੰਨੀ ਦੇ ਚੰਡੀਗੜ੍ਹ ਤੋਂ ਮਨਜ਼ੂਰ ਕਰਾ ਕੇ ਟੈਂਡਰ ਕਰ ਦਿੱਤਾ ਗਿਆ। ਟੈਂਡਰ ਤਜਿੰਦਰ ਸਿੰਘ ਲੁਧਿਆਣੇ ਵਾਲੇ ਨੂੰ ਟੈਂਡਰ ਵੀ ਹੋ ਗਿਆ ਸੀਗਾ ਮੇਰੀ ਟਰਮ ਦੇ ਵਿੱਚ, ਲੇਕਿਨ ਬਾਅਦ ਦੇ ਵਿੱਚ ਇਹਨਾਂ ਨੇ ਉਹਨੂੰ ਠੰਡੇ ਬਸਤ ਦੇ ਵਿੱਚ ਪਾ ਦਿੱਤਾ ਗਿਆ। ਹੋਰ ਵੀ ਮੇਰੇ ਕੰਮ ਕਰਨੇ ਦੇ ਬਹੁਤ ਰੁਝੇਵੇਂ ਸੀਗੇ, ਲੇਕਿਨ ਮੇਰੀਆਂ ਇਛਾਵਾਂ ਜਿਸ ਤਰ੍ਹਾਂ ਫਰਜ਼ ਕਰ ਲਓ, ਮੈਂ 195 ਇੱਥੇ ਜਿਹੜੇ ਸੀਗੇ ਲਾਣੀਆਂ ਸੀਗੀਆਂ ਵਾਈਫਾਈ, ਉਹ ਮੇਰੀਆਂ ਵਿੱਚੇ ਰਹਿ ਗਈਆਂ। ਫਿਰ CC ਕੈਮਰੇ ਜਿਹੜੇ ਕਿ ਪੁਲਿਸ ਨੇ ਦੇ ਸਹਿਯੋਗ ਦੇ ਨਾਲ ਅਸੀਂ ਕਰਕੇ 225 ਪੁਆਇੰਟ ਬਣਾਇਆ ਸੀ CC ਕੈਮਰੇ ਲਾਉਣ ਲਈ, ਉਹ ਵੀ ਮੇਰੀ ਪ੍ਰਪੋਜ਼ਲ ਵਿੱਚ ਰਹਿ ਗਈ। ਜਿਹੜੀਆਂ ਲਾਈਟਾਂ ਸੀ ਚਰਨ ਕਮਲ ਚੌਂਕ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ, ਅਤੇ ਸ਼ਮਸ਼ਾਨ ਘਾਟ ਤੱਕ ਸਾਰਾ ਜਿਹੜਾ ਸੀਗਾ ਬਰਮ ਦੋਨੇ ਪਾਸੇ 'ਤੇ 54 ਲੱਖ ਰੁਪਈਆ ਉਹ ਦਾ ਉਹ ਐਸਟੀਮੇਟ ਸੀ, ਉਹ ਵੀ ਉਹਨਾਂ ਨੇ ਠੰਡੇ ਬਸਤੇ ਦੇ ਵਿੱਚ ਮੇਰਾ ਪਾ ਦਿੱਤਾ ਗਿਆ। ਔਰ ਸਾਲ ਇੱਕ ਜਦੋਂ ਸਰਕਾਰ ਬਦਲ ਗਈ, ਉਸ ਤੋਂ ਬਾਅਦ ਤਕਰੀਬਨ ਅਫਸਰਾਂ ਨੇ ਮੂੰਹ ਮੋੜ ਲਿਆ ਔਰ ਮੈਨੂੰ ਜ਼ਿਆਦਾ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਨ ਦਿੱਤਾ ਗਿਆ। ਲੱਲੇ ਪੇਪੇ ਲਾ ਕੇ ਉਹਨਾਂ ਨੇ ਮੇਰਾ ਸਾਲ ਕਢਾ ਦਿੱਤਾ ਔਰ 2 ਸਾਲ ਮੇਰੇ ਕੋਵਿਡ ਦੇ, 5 ਸਾਲਾਂ ਦੇ ਵਿੱਚੋਂ 2 ਸਾਲ ਮੇਰੇ ਕੋਵਿਡ ਦੇ ਨਿਕਲ ਗਏ। 1 ਸਾਲ ਮੇਰੀ ਸਰਕਾਰ ਬਦਲਣ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਕਰਨ ਦੇ ਵਿੱਚ ਬੜੀਆਂ ਦਿੱਕਤਾਂ ਲਿਆ ਦਿੱਤੀਆਂ, ਜਿਸ ਕਰਕੇ ਮੇਰਾ ਜਿਹੜੇ ਸੁਪਨੇ ਸੀਗੇ ਸ਼ਹਿਰ ਨੂੰ ਹੋਰ ਚੱਜਾ ਢੰਗ ਦੇ ਨਾਲ ਬਣਾਉਣ ਦੇ, ਉਹ ਮੇਰੇ ਸੁਪਨੇ ਸਾਰੇ ਵਿੱਚ ਰਹਿ ਗਏ। ਪਰਮਾਤਮਾ ਨੇ ਕਰੇ ਕਿ ਹੁਣ ਜਦੋਂ ਇਲੈਕਸ਼ਨ ਆਉਣ, ਜੇ ਸ਼ਹਿਰ ਮੇਰਾ ਜ਼ਿੰਮੇਵਾਰੀ ਮੇਰਾ ਸਹਿਯੋਗ ਦਊਗਾ ਤਾਂ ਮੈਂ ਸ਼ਹਿਰ ਦੇ ਨਾਲ ਬਿਲਕੁਲ ਖੜ੍ਹਾ ਔਰ ਜਿਹੜੀਆਂ ਮੇਰੀਆਂ ਇਛਾਵਾਂ ਉਹਨਾਂ ਨੂੰ ਮੈਂ ਬਿਲਕੁਲ ਪੂਰਾ ਕਰਕੇ ਰਹੂੰਗਾ।